ਮਲਬਾ ਬੈਡਲੀ ਚੈਨਲ ਤੇ ਸਾਰੇ ਹੀ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਸਾਰੇ ਹੀ ਪੈਨਪ੍ਰਾਉ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਦੀ ਵੀਡੀਓ ਬਹੁਤ ਹੀ ਖਾਸ ਰਹਿਣ ਵਾਲੀ ਹੈ ਬਹੁਤ ਹੀ ਵਿਸ਼ੇਸ਼ ਜਾਣਕਾਰੀ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਏ ਹਾਂ ਪੰਜਾਬ ਪੁਲਿਸ ਕਨਸਟੇਬਲ ਭਰਤੀ ਨੂੰ ਲੈ ਕੇ ਜਿਵੇਂ ਕਿ ਦੋਸਤੋ ਤੁਹਾਨੂੰ ਪਤਾ ਹੈ ਵੀ ਪ੍ਰਮਾਤਮਾ ਨੇ ਜਿੱਥੇ ਤੁਹਾਡਾ ਦਾਣਾ ਪਾਣੀ ਲਿਖਿਆ ਤੁਹਾਨੂੰ ਇੱਕ ਨਾ ਇੱਕ ਦਿਨ ਪੁੰਚਾਈ ਦੇਣਾ ਹੈ ਤੇ ਅੱਜ ਦੀ ਵੀਡੀਓ ਉਹੀ ਮਿਸਾਲ ਹੈ ਤੁਹਾਨੂੰ ਜਿਹੜੀ ਜਾਣਕਾਰੀ ਦੇਣ ਜਾ ਰਿਹਾ ਸੋ ਦੇਖੋ ਦੋਸਤੋ ਪੰਜਾਬ ਪੁਲਿਸ ਕਨਸਟੇਬਲ ਦੀਆਂ 8 ਸਾਲ ਪਹਿਲਾਂ 4915 ਅਸਾਮੀਆਂ ਨਿਕਲੀਆਂ ਗਈਆਂ ਸੀ ਇਹਨਾਂ ਦੇ ਕਰਕੇ ਹੀ ਇੱਕ ਵਿਵਾਦ ਸੀਗਾ ਕਾਡਰਾਂ ਨੂੰ ਚੇਂਜ ਕਰਕੇ ਵੀ ਮੰਗ ਰੱਖੀ ਗਈ ਸੀ 195 ਸੀਟਾਂ ਨੂੰ ਜਿਸ ਦੇ ਉੱਤੇ ਰੋਕ ਲਗਾਇਆ ਗਿਆ ਸੀ ਠੀਕ ਹੈ ਜੀ ਸੋ 8 ਸਾਲ ਪੁਰਾਣੀ ਭਰਤੀ ਦੀਆਂ ਜਿਹੜੀਆਂ ਇਹ ਮਾਮਲਾ ਸੀਗਾ ਅੱਜ ਹਾਈ ਕੋਰਟ ਨੇ ਮਤਲਬ ਇਹਨਾਂ ਸਾਮੀਆਂ ਨੂੰ ਪਰਨ ਦਾ ਵੀਰ ਉਹ ਦੇ ਦਿੱਤਾ ਮਤਲਬ ਹੁਕਮ ਦੇ ਦਿੱਤਾ ਜਿਸ ਦੇ ਵਿੱਚ ਇਹਨਾਂ ਨੇ ਕੀ ਲਿਖਿਆ ਪੰਜਾਬ ਹਰਿਆਣਾ ਹਾਈ ਕੋਰਟ ਨੂੰ 8 ਸਾਲ ਪੁਰਾਣੀ ਭਰਤੀ ਵਿੱਚ ਇੱਕ 95 ਖਾਲੀ ਸਾਮੀਆਂ ਨੂੰ ਭਰਨ ਦਾ ਰਾ ਪਧਰਾ ਕਰਦੇ ਹੋਏ ਯੋਗਤਾ ਅਧਿਕਾਰੀਆਂ ਨੂੰ ਨਿਯੁਕਤੀ ਦੇ ਹੁਕਮ ਦਿੰਦੇ ਹਨ ਠੀਕ ਹੈ ਜੀ ਮਤਲਬ ਜਿਹੜੇ ਯੋਗਤਾ ਉਸ ਸਮੇਂ ਦੇ ਜਿਹੜੇ ਬੱਚਿਆਂ ਨੇ ਪੇਪਰ ਭਰਿਆ ਸੀ ਉਹਨਾਂ ਨੂੰ ਯੋਗਤਾ ਮਤਲਬ ਭਰਨ ਦੇ ਹੁਕਮ ਦੇ ਦਿੱਤੇ ਹਨ ਠੀਕ ਹੈ ਹੁਣ ਹਾਈ ਕੋਰਟ ਨੇ ਇਹ ਵੀ ਕਿਹਾ ਜਿਹੜੀਆਂ ਇਹ ਅਸਾਮੀਆਂ ਇਹ 6 ਮਹੀਨੇ ਦੇ ਅੰਦਰ ਅੰਦਰ ਭਰਨੀਆਂ ਤੇ ਇਸ ਦੇ ਵਿੱਚ ਕੋਈ ਪੇਪਰ ਨਹੀਂ ਹੋਵੇਗਾ ਨਾ ਕੋਈ ਪਟੀਸ਼ਨ ਲੱਗੇਗੀ ਸਿੱਧਾ ਤੁਹਾਡੀ ਜਿਹੜੀ ਹੈਗੀ ਮੈਰਿਟ ਲਿਸਟ ਦੇ ਅਧੀਨ ਉਹਨਾਂ ਨੂੰ ਰੱਖਿਆ ਜਾਊਗਾ ਠੀਕ ਹੈ ਜੀ ਵੀ ਉਹਨਾਂ ਬੱਚਿਆਂ ਨੂੰ ਮਤਲਬ ਕਿ ਖੁਸ਼ੀ ਇਹ ਹੈ ਵੀ ਪੇਪਰ ਨਹੀਂ ਦੇਣਾ ਪਊ ਕੋਈ ਪਟੀ ਮੈਰਿਟ ਜਿਹੜੀ ਉਹਨਾਂ ਦੀ ਹਾਈਐਸਟ ਹੋਊਗੀ ਉਸ ਦੌਰਾਨ ਜਿਹੜੇ ਵੀ ਬੱਚੇ ਸਿਲੈਕਸ਼ਨ ਲੈ ਗਏ ਉਸ ਤੋਂ ਇਲਾਵਾ ਜਿਨ੍ਹਾਂ ਦੀ ਮੈਰਿਟ ਹਾਈਐਸਟ ਹੈ ਉਹਨਾਂ ਨੂੰ ਰੱਖਿਆ ਜਾਊਗਾ ਹਾਲਾਂਕਿ ਜਿਹੜੇ ਆਪਣੇ ਕਹਿੰਦਾ ਸਿਲੈਕਸ਼ਨ ਉਮੀਦਵਾਰ ਜਿਹੜੇ ਪਿਛਲੀ ਤਨਖਾਹ ਜਿਹੜੀ ਚਾਹੁੰਦੇ ਆ ਮਤਲਬ ਪਿਛਲੇ ਸਾਲਾਂ ਨੂੰ ਜਿਹੜੇ ਬੱਚੇ ਤਨਖਾਹ ਲੈ ਚੁੱਕੇ ਆ ਉਹ ਤਨਖਾਹ ਜਿਹੜੀ ਹੈਗੀ ਉਹ ਨਹੀਂ ਮਿਲੂਗੀ ਠੀਕ ਹੈ ਜੀ ਮਤਲਬ ਜਿਹੜੇ ਵੀ ਹੁਣ 8 ਸਾਲ ਹੋ ਗਿਆ 8 ਸਾਲ ਦੇ ਦੌਰਾਨ ਜਿਨ੍ਹਾਂ ਨੂੰ ਤਨਖਾਹਾਂ ਮਿਲੀਆਂ ਐ ਇਸੇ ਭਰਤੀ ਦੌਰਾਨ ਉਹਨਾਂ ਨੂੰ ਇਹ ਤਨਖਾਹਾਂ ਨਹੀਂ ਮਿਲਣਗੀਆਂ ਬਸ ਇੱਕ ਗਵਰਨਮੈਂਟ ਜੌਬ ਜਿਹੜੀ ਹੈ ਮਿਲ ਹੀ ਗਈ ਕਹਿੰਦੇ ਪਟੀਸ਼ਨ ਦਾਇਰ ਕਰਦੇ ਹੋਏ ਬਲਵਿੰਦਰ ਸਿੰਘ ਤੇ ਹੋਰ ਉਹਨਾਂ ਹੋਰਾਂ ਨੇ ਮਤਲਬ ਕਿਹਾ ਵੀ ਹਾਈ ਕੋਰਟ ਦੇ ਜਿਹਨੇ ਦੱਸਿਆ ਕਿ ਪੰਜਾਬ ਵਿੱਚ ਕੌਨਸਟੇਬਲ ਦੀਆਂ ਜਿਹੜੀਆਂ 4915 ਅਸਾਮੀਆਂ ਲਈ ਭਰਤੀ ਜਾਰੀ ਕੀਤੀ ਗਈ ਸੀ ਇਸ ਭਰਤੀ ਦੌਰਾਨ ਪੰਜਾਬ ਆਰਮਡ ਕੈਡਰ ਦੀ ਥਾਂ ਜਿਲ੍ਹਾ ਕੈਡਰ ਦੀ ਮੰਗ ਕੀਤੇ ਕਰਨ ਵਾਲੇ ਵਿਸ਼ੇਸ਼ ਪੁਲਿਸ ਅਧਿਕਾਰੀਆਂ ਨੂੰ ਲੈ ਕੇ ਵਿਵਾਦ ਖੜਾ ਹੋ ਗਿਆ ਸੀ ਠੀਕ ਹੈ ਜੀ ਸੋ ਇਹੀ ਮੈਂ ਤੁਹਾਨੂੰ ਕਿਹਾ ਵਿਵਾਦ ਖੜਾ ਹੋ ਗਿਆ ਕਿ ਇਹਨਾਂ ਨੇ ਸਾਰਾ ਪਟੀਸ਼ਨ ਪਾਈ ਸੀ ਸੋ ਹੁਣ ਹਣਵਾਈ ਹੁਣ ਸੁਣਵਾਈ ਹੋਈ ਹੈ ਜਾ ਕੇ ਸੋ ਜਿਸ ਕਰਕੇ 195 ਪੋਸਟਾਂ ਜਿਹੜੀਆਂ ਉਹਨਾਂ ਨੂੰ ਹੁਣ ਭਰੇ ਜਾਊਗਾ ਸੋ ਹੁਣ ਬੰਦੀ ਗੱਲ ਦੋਸਤੋ ਏ ਹੈ ਚਲੋ 195 ਸੀਟਾਂ ਤਾਂ ਚਲੋ ਉਹਨਾਂ ਨੂੰ ਮਿਲਣੀਆਂ ਜਿਨ੍ਹਾਂ ਨੇ 8 ਸਾਲ ਪਹਿਲਾਂ ਭਰਤੀ ਦਿੱਤੀ ਸੀ ਉਹਨਾਂ ਦੇ ਨਾਲ ਦੇ ਸਾਥੀ ਸੰਧੀ ਦਾ ਹੁਣ ਚਲੋ ਏਜ ਫੈਕਟਰ ਤੋਂ ਵੀ ਲੰਘ ਚੁੱਕੇ ਹੋਣਗੇ ਹਾਲਾਂਕਿ ਕਈ ਰਹਿ ਚੁੱਕੇ ਹੋਣਗੇ ਕਿਉਂਕਿ ਏਜ ਫੈਕਟਰ ਕਈਆਂ ਦੀ ਛੋਟੀ ਉਮਰ ਹੋਊਗੀ ਉਸ ਦੌਰਾਨ ਤੇ ਦੂਸਰੀ ਗੱਲ ਹੈ ਉਹਨਾਂ ਦਾ ਕੈਟਾਗਰੀ ਦੇ ਵਿੱਚ ਨਾਮ ਆਉਂਦੋ ਜਿਸ ਕਰਕੇ ਉਹਨਾਂ ਨੂੰ ਰਿਲੈਕਸੇਸ਼ਨ ਮਿਲਦੀ ਉਹ ਹਜੇ ਤੱਕ ਜਿਹੜੇ 195 ਹੁਣ ਸਿਲੈਕਸ਼ਨ ਲੈਣਗੇ ਉਹਨਾਂ ਨੂੰ ਚਲੋ ਖੁਸ਼ੀ ਹੈ ਵੀ ਉਹਨਾਂ ਦੇ ਘਰ ਹੁਣ ਦੀਵਾ ਜਗੂਗਾ ਜਿਹੜਾ ਆਪਾਂ ਕਹਿੰਦਾ ਕਹਿੰਦੇ ਹੁੰਦੇ ਆ ਵੀ ਚੂਲਾ ਬਲੂਗਾ ਹਨਾ ਜੀ ਸੋ ਇਹ ਚੀਜ਼ ਚਲੋ ਮੁੱਖ ਰੱਖਦੀ ਹੈ ਅਗਲੀ ਗੱਲ ਇਹ ਵੀ ਹੈ ਦੋਸਤੋ ਵੀ ਜਿੱਥੇ ਦਾਣਾ ਪਾਣੀ ਲਿਖਿਆ ਪਰਮਾਤਮਾ ਨੇ ਤੁਹਾਨੂੰ ਪੰਚਾਈ ਦੇਣਾ ਦੇਖੋ 8 ਸਾਲ ਪੁਰਾਣੀ ਚੀਜ਼ ਵੀ ਵਾ ਦੇਤੇ ਹਜੇ ਵੀ ਪਛਤਾ ਰਹੇ ਹਾਂ ਠੀਕ ਹੈ ਕਬਰਾਂ ਦੀ ਲੋੜ ਨਹੀਂ ਹੁਣ ਜਿਹੜੇ ਭੈਣ ਭਰਾ ਹੁਣ ਨੌਕਰੀਆਂ ਮਿਲਣ ਗਿਆ ਇਸਦਰ ਇਸ ਦੇ ਅੰਡਰ ਆ ਕੇ ਮਲੇ 195 ਜਿਹੜੀਆਂ ਪੋਸਟਾਂ ਜਿਹੜੀਆਂ ਹੁਣ ਖਾਲੀ ਜਿਹੜੀਆਂ ਤੇ ਹੁਣ ਪੱਧਰਾ ਕਰ ਦਿੱਤਾ ਜਿੰਨਾ ਦਰਾ ਤੇ ਉਹਨਾਂ ਨੂੰ ਹੁਣ ਕਹਿੰਦਾ ਬਹੁਤ ਕਿੰਨੀ ਖੁਸ਼ੀ ਹੋਈ ਹੋਵੇਗੀ ਵੀ 8 ਸਾਲ ਬਾਅਦ ਭਾਵੇਂ ਫੈਸਲਾ ਆਇਆ ਪਰ ਉਹਨਾਂ ਦੇ ਹੱਕ ਵਿੱਚ ਹੋਇਆ ਦੇਖੋ ਹੁਣ ਮੈਰਿਟ ਲਿਸਟ ਬਣ ਕੇ ਤੁਹਾਨੂੰ ਇਹਨਾਂ ਦੇ ਨਾਲ ਹੀ ਕਹਿੰਦਾ ਬਹੁਤ ਸਿਲੈਕਸ਼ਨ ਦੇ ਦੇਣੀ ਹੈ ਤੁਹਾਡੇ ਕਿ 2021 22 23 ਜਿਹੜੀ ਵੀ ਮਤਲਬ ਬੱਚੇ ਨੇ ਸਿਲੈਕਸ਼ਨ ਦਿੱਤੀ ਹੈ ਉਹਨਾਂ ਦੇ ਨਾਲ ਹੀ ਇਹਨਾਂ ਨੂੰ ਵੀ ਸਿਲੈਕਸ਼ਨ ਮਿਲ ਜਾਣੀ ਹੈ ਸੋ ਦੋਸਤੋ ਬਹੁਤ ਹੀ ਖੁਸ਼ੀ ਦੀ ਦਿਨ ਹੁਣ ਜਾਣਕਾਰੀ ਆਈ ਹੈ ਆਪਣੇ ਸਾਹਮਣੇ ਚਲੋ ਉਮੀਦ ਕਰਦੇ ਹਾਂ ਇਹਨਾਂ ਦਾ ਜਲਦੀ ਇਹ ਨਪਟਾਰਾ ਹੋਵੇ ਤੇ ਜਲਦੀ ਤੋਂ ਜਲਦੀ ਆਪਣੀ ਨੌਕਰੀਆਂ ਕਰਨ ਤੁਸੀਂ ਵੀ ਹੁਣ ਮਿਹਨਤ ਮਿਲਣ ਗਿਆ ਠੀਕ ਹੈ ਜੀ ਤੇ 2023 ਦੀ ਚੱਲ ਜਿਵੇਂ ਭਰਤੀ ਗਈ ਠੀਕ ਹੈ ਜੀ ਪਰ 2024 ਦਾ ਪੇਪਰ ਹੈ ਜਿਹੜਾ ਉਹ ਬਹੁਤ ਵਧੀਆ ਜਾਨਣਾ ਚਾਹੀਦਾ ਮੈਨੂੰ ਵਧੀਆ ਰਿਸਪਾਂਸ ਤੁਹਾਡਾ ਕਮੈਂਟ ਸੈਕਸ਼ਨ ਵਿੱਚ ਵੇਖਣਾ ਚਾਹੀਦਾ ਜਿਸ ਦਿਨ ਪੇਪਰ ਤੁਹਾਡਾ ਕੈਂਡਿਡੇਟ ਦਾ ਪਾਉ ਖਤਮ ਹੋਵੇ ਸੋ ਦੋਸਤੋ ਤੁਹਾਡੇ ਕੋਲ 203 ਮਹੀਨੇ ਜਾਂ 22 ਮਹੀਨੇ ਦੇ ਲਗਭਗ ਸਮਾਂ ਹੈਗਾ ਇਸ ਨੂੰ ਵਧੀਆ ਵਰਤੋਂ ਵਿੱਚ ਲੈ ਕੇ ਆਓ ਤੇ ਆਪਣੇ ਮਾਪਿਓ ਦਾ ਵੀ ਸੁਪਨਾ ਪੂਰਾ ਕਰੋ ਤੇ ਆਪਣਾ ਵੀ ਜਿਹੜਾ ਕੈਂਡਿਡੇਟ ਦਾ ਪਾਉ ਤੁਸੀਂ ਸੋਚ ਰੱਖੀ ਆ ਵੀ ਅਸੀਂ ਵਰਦੀ ਦੇ ਵਿੱਚ ਇੱਕ ਨਾ ਇੱਕ ਦਿਨ ਡਿਊਟੀ ਨਿਭਾਵਾਂਗੇ ਇਹੋ ਜਿਹੀ ਹੋਰ ਜਾਣਕਾਰੀ ਲਈ ਸਾਡੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੁਹਾਡਾ ਵੀਡੀਓ ਦੇਖਣ ਲਈ ਦਿলো ਧੰਨਵਾਦ ਤੇ ਮੇਰੇ ਵੱਲੋਂ ਸਾਰਿਆਂ ਨੂੰ ਜੈ ਹਿੰਦ